ਸਰ ਕੀ ਨਾਂ ਆਪਣਾ? ਥੋੜ੍ਹਾ ਉੱਚੀ ਬੋਲਿਓ, ਕੀ ਨਾਂ ਆਪਣਾ? ਰਣਜੀਤ ਸਿੰਘ। ਅੱਛਾ, ਕੀ ਮਾਮਲਾ? ਅੱਜ ਤੁਸੀਂ CP ਆਫਿਸ ਆਏ ਸੀਗੇ ਇੱਕ ਕੰਪਲੇਂਟ ਮੰਗ ਪੱਤਰ ਦੇਣ ਆਪਣੀ, ਕੀ ਮਾਮਲਾ ਸੀਗਾ ਜਿਹੜਾ ਦੱਸੋਗੇ? ਮਾਮਲਾ ਇੱਦਾਂ ਜੀ, ਮੇਰਾ 2003 ਦੇ ਵਿੱਚ ਮੈਰਿਜ ਮੇਰੀ ਹੋਈ ਸੀ, ਜਿਹੜੀ ਕਿ ਮੇਰੀ ਮੈਰਿਜ ਹੈ ਨਾ ਉਹ ਵਿਚੋਲਣ ਨੇ ਅਤੇ ਔਰ ਕੁੜੀ ਵਾਲਿਆਂ ਨੇ ਸਾਡੇ ਨਾਲ ਮੇਰੇ ਨਾਲ ਜ਼ਬਰਦਸਤੀ ਕੀਤੀ। ਮੈਂ ਵਿਆਹ ਤੋਂ ਨਾ ਕਰਤੀ ਸੀਗੀ ਅਤੇ ਵਿਚੋਲਣ ਜਿਹੜੀ ਆ ਰੇਖਾ ਰਾਣੀ ਤਿਆਗੀ ਅਤੇ ਕੁੜੀ ਅਮਰਜੀਤ ਕੌਰ ਨਾਲ ਉਹਨਾਂ ਨੇ ਮੇਰੀ ਮੈਰਿਜ ਕਰਾਈ। ਵਿਆਹ ਤੋਂ ਪਹਿਲਾਂ ਅਸੀਂ ਮਨ੍ਹਾ ਕਰਤਾ ਸੀ ਵਿਆਹ ਤੋਂ, ਪਰ ਮੈਨੂੰ ਉਹਨਾਂ ਨੇ ਧਮਕਾਇਆ ਡਰਾਇਆ ਅਤੇ ਵਿਆਹ ਮੇਰਾ ਕਰਾ ਤਾ। ਉਸ ਤੋਂ ਬਾਅਦ ਕੁੜੀ ਵਾਲਾ ਜਿਹੜੀ ਆ ਉਹ ਵੀ ਮੈਨੂੰ ਪਰੇਸ਼ਾਨ ਕਰਨ ਲੱਗ ਪਈ। ਇੱਕ ਦਿਨ ਗਈ ਉਹ ਅਤੇ ਮੇਰੇ ਤੋਂ ਉਹ ਘਰ ਦੇ ਕਾਗਜ਼ ਮੰਗਣ ਲੱਗ ਪਈ, ਘਰ ਦੀਆਂ ਰਜਿਸਟਰੀਆਂ ਦਿਖਾ ਕੇ ਨਹੀਂ ਮਿਲੀ। ਜਿਹੜੀ ਵਿਚੋਲਣ ਆ ਉਹ ਕਹਿੰਦੀ ਵੀ ਤੂੰ ਆਪਣਾ ਮੈਨੂੰ ਪੈਸੇ ਦੇ, ਉਹ ਮੇਰੇ ਤੋਂ ਪੈਸੇ ਡਿਮਾਂਡ ਕਰਦੀ ਆ ਵੀ ਆਪਣਾ ਘਰ ਵਸਾਉਣਾ, ਵਸਾ ਨਹੀਂ ਵਸਾਉਣਾ, ਨਾ ਵਸਾ, ਮੈਨੂੰ ਮੇਰੇ ਮੈਨੂੰ ਪੈਸੇ ਦੇ ਜਿਹੜੇ ਕਿ ਮੇਰੇ ਬਣਦੇ ਆ, ਮੋਟੀ ਰਕਮ ਮੇਰੇ ਤੋਂ ਮੰਗਦੀ ਸੀਗੀ। ਫਿਰ ਉਸ ਤੋਂ ਬਾਅਦ ਮੈਂ ਕੰਪਲੇਂਟ ਦਿੱਤੀ ਸੀ ਮਹਿਲਾ ਥਾਣੇ ਦੇ ਵਿੱਚ ਅਤੇ ਮੇਰੀ ਉੱਥੇ ਉਹਨਾਂ ਨੇ ਜਦ ਸੁਣਵਾਈ ਨਹੀਂ ਹੋਈ, ਇਸ ਕਰਕੇ ਅੱਜ DC ਸਾਨੂੰ ਮੰਗ ਪੱਤਰ। ਹਾਂਜੀ ਮੈਡਮ, ਤੁਸੀਂ ਅੱਜ ਰਣਜੀਤ ਸਿੰਘ ਜੀ ਨਾਲ ਇੱਕ ਕੰਪਲੇਂਟ ਦੇਣ ਆਏ ਸੀਗੇ? ਹਾਂਜੀ ਹਾਂਜੀ, ਕੀ ਮਾਮਲਾ ਸੀਗਾ? ਮੈਂ ਰਣਜੀਤ ਕੌਰ ਰਾਣੂ, ਡਿਸਟ੍ਰਿਕਟ ਵਾਈਸ ਪ੍ਰੈਸੀਡੈਂਟ, ਕਾਂਗਰਸ ਕਮੇਟੀ। ਇੱਦਾਂ ਕਿ ਇਹ ਰਣਜੀਤ ਸਿੰਘ ਜੋ ਆ ਮਕਸੂਦਾਂ ਨਾਗਰਾ ਰੋਡ 'ਤੇ ਆ ਰਹਿੰਦੇ ਆ, ਇਹਨਾਂ ਦੀ ਮੈਰਿਜ ਹੋਈ ਸੀਗੀ ਸੂਰਤ ਨਗਰ ਮਕਸੂਦਾਂ ਦੇ ਵਿੱਚ ਹੀ, ਅਤੇ ਇਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆ। ਵਿਚੋਲਣ ਨੇ ਵੀ ਲਾਲਚ ਦੇ ਵਿੱਚ ਆਣ ਕੇ ਰਿਸ਼ਤਾ ਤਾਂ ਕਰ ਦਿੱਤਾ, ਪਰ ਉਹਨੇ ਕੋਈ ਵਸਾਉਣ ਵਾਲਾ ਕੋਈ ਕੰਮ ਨਹੀਂ ਕੀਤਾ ਉਸ ਵਿਚੋਲਣ ਨੇ। ਮੈਂ ਵਿਚੋਲਣ ਦੇ ਘਰ ਗਈ ਸੀਗੀ ਅਤੇ ਬੇਟਾ ਮੈਨੂੰ ਲੈ ਕੇ ਗਿਆ ਸੀ ਰਣਜੀਤ, ਮੈਂ ਗਈ ਸੀਗੀ ਔਰ ਉਹਨੇ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ ਕਿ ਘਰ ਵਸਾਉਣ ਵਾਲੀ ਕੋਈ, ਠੀਕ ਹੈ ਜੀ। ਅਤੇ ਔਰ ਇਹਨਾਂ ਨੇ ਕੁੜੀ ਦੇ ਘਰ ਵੀ ਅਸੀਂ ਗਏ, ਕੁੜੀ ਨੇ ਵੀ ਵਸਣ ਵਾਲਾ ਕੋਈ ਕੰਮ ਨਹੀਂ ਕੀਤਾ। ਉਹ ਕਹਿੰਦੀ ਆ ਕਿ ਉਹਨੇ ਜਵਾਬ ਹੀ ਨਹੀਂ ਦਿੱਤਾ ਮੈਨੂੰ, ਕਹਿਣ ਲੱਗੀ ਤੂੰ ਕਿਹਦੀ ਪਰਮਿਸ਼ਨ ਲੈ ਕੇ ਸਾਡੀ ਗਲੀ 'ਚ ਆਈ ਆ। ਕ੍ਰਾਂਤੀਕਾਰੀ ਪ੍ਰੈਸ ਕਲੱਬ ਵੱਲੋਂ ਇੱਕ ਸਾਡੇ ਕੋਲ ਇੱਕ ਮਾਮਲਾ ਆਇਆ ਸੀਗਾ ਰਣਜੀਤ ਸਿੰਘ ਦਾ, ਜਿਹੜੇ ਮਕਸੂਦਾਂ ਏਰੀਏ 'ਚ ਰਹਿੰਦੇ ਨੇ। ਉਹਨਾਂ ਦੇ ਇੱਕ ਰਿਸ਼ਤਾ ਕਰਵਾਇਆ ਸੀਗਾ ਰੇਖਾ ਤਿਆਗੀ ਵੱਲੋਂ, ਉਸਦੀ ਸਾਥੀ ਨਿਸ਼ਾ ਵੱਲੋਂ, ਕਿ ਜੋ ਕਿ ਬਹੁਤ ਵੱਡਾ ਜਿਹੜਾ ਗਰੋਹ ਚਲਾਇਆ ਜਾ ਰਿਹਾ ਵਾ। ਨਾ ਕਿ ਉਹਨਾਂ ਦੇ ਕੋਲ ਕੋਈ ਆਫਿਸ ਹੈ ਮੈਰਿਜ ਬਿਊਰੋ ਦਾ, ਅਤੇ ਨਾ ਤਾਂ ਉਹਦੇ ਕੋਲ ਕੋਈ ਸਰਕਾਰ ਦੀ ਹੋਈ ਮਾਨਤਾ ਪ੍ਰਾਪਤ ਆ, ਅਤੇ ਉਹ ਆਪਣਾ ਚੱਲਦਾ ਫਿਰਦਾ ਇੱਕ ਗਰੋਹ ਚਲਾ ਰਿਹਾ ਮੈਰਿਜ ਬਿਊਰੋ, ਮੈਰਿਜ ਬਿਊਰੋ ਦੇ ਨਾਂ 'ਤੇ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਆ। ਰਣਜੀਤ ਸਿੰਘ ਦਾ ਵਿਆਹ ਕਰਵਾਇਆ ਸੀਗਾ ਅਮਰਜੀਤ ਕੌਰ ਦੀ ਕੁੜੀ ਦੇ ਨਾਲ, ਕੁੜੀ ਇੱਕ ਦਿਨ ਰਾਤ ਰਹੀ ਹੈ, ਰਾਤ ਸਵੇਰੇ ਫੋਨ ਕਰਕੇ ਆਪਣੇ ਭਰਾ ਨੂੰ ਅਤੇ ਸਵੇਰੇ ਚਲੀ ਗਈ। ਇੱਕ ਸਾਲ ਹੋ ਗਿਆ ਅਤੇ ਕੋਈ ਉਹਨਾਂ ਨੇ ਕੋਈ ਆਪਣਾ ਘਰ ਵਸਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਾਂ ਕੁੜੀ ਨਾਲ ਧੱਕਾ ਹੋਇਆ ਵਾ ਅਤੇ ਜਾਂ ਮੁੰਡੇ ਨਾਲ ਧੱਕਾ ਹੋਇਆ ਵਾ। ਮੁੰਡਾ ਬਹੁਤ ਹੀ ਪਰੇਸ਼ਾਨ ਆ, ਇਹਦਾ ਪੂਰਾ ਪਰਿਵਾਰ ਜਿਹੜਾ ਆ ਬਹੁਤ ਪਰੇਸ਼ਾਨ ਆ। ਇਹਨਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਵਾ, ਬਲੈਕਮੇਲ ਕੀਤਾ ਜਾ ਰਿਹਾ ਵਾ। ਜਿਹੜੀ ਰੇਖਾ ਤਿਆਗੀ ਵੱਲੋਂ ਇਹਨਾਂ ਨੂੰ ਵਟਸਐਪ 'ਤੇ ਮੈਸੇਜ ਕਰਕੇ ਕਹਿੰਦੀ ਹੈ ਕਿ ਮੈਨੂੰ ਮੇਰੇ ਪੈਸੇ ਦਿਓ, ਤੁਹਾਡਾ ਰਿਸ਼ਤਾ ਬਸੇ ਨਾ ਬਸੇ ਮੈਨੂੰ ਮੇਰੀ ਫੀਸ ਦਿਓ। ਦੇਖੋ ਫੀਸ ਕਾਹਦੀ, ਨਾ ਤਾਂ ਤੇਰਾ ਆਫਿਸ ਆ, 21,000 ਰੁਪਇਆ ਮੰਗ ਰਹੀ ਹੈ, ਨਾ ਤੇਰਾ ਆਫਿਸ ਆ, ਨਾ ਤਾਂ ਕੋਈ ਸਰਕਾਰ ਕੋਲੋਂ ਕੋਈ ਮਾਤਾ ਪ੍ਰਾਪਤ ਤੇਰਾ ਕੋਈ ਤੇਰੇ ਕੋਈ ਸਰਟੀਫਿਕੇਟ ਆ। ਨਹੀਂ, ਜਿਹੜਾ ਇਹਨਾਂ ਦਾ ਰਿਸ਼ਤਾ ਖਰਾਬ ਹੋਇਆ ਵਾ ਉਹ ਕਿਸ ਮੈਟਰ ਨੂੰ ਲੈ ਕੇ ਹੋਇਆ, ਅਤੇ ਉਹਦੇ ਨਾਲ ਵਿਚੋਲਣ ਦੇ ਨਾਲ ਗੱਲਬਾਤ ਕੀਤੀ ਗਈ ਕਿ ਤੁਸੀਂ ਇੱਦਾਂ ਦਾ ਰਿਸ਼ਤਾ ਕਿਉਂ ਕਰਵਾਇਆ? ਮੈਟਰ ਤਾਂ ਕੁਛ ਹੋਇਆ ਹੀ ਨਹੀਂ, ਇੱਕ ਤੁਹਾਨੂੰ ਦੱਸਿਆ ਵਾ ਅਤੇ ਇੱਕ ਦਿਨ ਰਾਤ ਰਹੀ ਹੈ, ਜੇ ਵਿਆਹ ਵਾਲੇ ਦਿਨ ਰਾਤ ਕਲੇਸ਼ ਕੀਤਾ ਮੁੰਡੇ ਦੇ ਨਾਲ ਪਰਿਵਾਰ ਦੇ ਨਾਲ, ਅਤੇ ਸਵੇਰੇ ਆਪਣੇ ਭਰਾ ਨੂੰ ਫੋਨ ਕਰਕੇ ਅਤੇ ਚਲੀ ਗਈ ਹੈ, ਨਾ ਕੋਈ ਗੱਲ ਨਾ ਕੋਈ ਬਾਤ, ਠੀਕ ਹੈ ਜੀ। ਉਸ ਤੋਂ ਬਾਅਦ ਇਹਨੇ ਰਣਜੀਤ ਸਿੰਘ ਨੇ ਸ਼ਿਕਾਇਤਾਂ ਕੀਤੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ, ਜਿਹੜੀ ਸ਼ਿਕਾਇਤ ਮਹਿਲਾ ਥਾਣਾ ਜਲੰਧਰ 'ਚ ਚੱਲ ਰਹੀ ਹੈ।
ਜਿਹਦੀ ਹਰਜੀਤ ਸਿੰਘ ਦੀ ਜਿਹੜੇ ਆ ਐਸ ਆਈ ਹਰਜੀਤ ਸਿੰਘ ਦੀ ਆਪਣੀ ਸ਼ਿਕਾਇਤ ਨੂੰ ਡੀਲ ਕਰਦੇ ਆ। ਉਸ ਤੋਂ ਬਾਅਦ ਥਾਣਾ ਨੰਬਰ 1 ਦੇ ਵਿੱਚ ਸ਼ਿਕਾਇਤ ਕੀਤੀ ਗਈ ਇਹਨਾਂ ਦੇ ਖਿਲਾਫ਼ ਕਿ ਇਹਨਾਂ ਦਾ ਜਿਹੜਾ ਗਰੋਹ ਫੜਿਆ ਜਾਵੇ, ਗਰੋਹ ਦੇ ਉੱਪਰ ਜਿਹੜੀ ਨੱਥ ਜਿਹੜੀ ਪਾਈ ਜਾਵੇ, ਠੀਕ ਹੈ ਜੀ, ਜੋ ਕਿ ਸ਼ਹਿਰ ਦੇ ਵਿੱਚ ਹੋਰ ਠੱਗੀਆਂ ਜਿਹੜੀ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਨਾ ਹੋ ਸਕੇ। ਉਹਨੇ ਅਮਰਜੀਤ ਕੌਰ ਨੇ ਅਤੇ ਰੇਖਾ ਤਿਆਗੀ ਨੇ ਰਣਜੀਤ ਸਿੰਘ ਦੇ ਖਿਲਾਫ਼ ਇੱਕ ਆਪਣੇ ਬਚਾਅ ਲਈ ਦਰਖਾਸਤ ਦਿੱਤੀ ਸੀਗੀ, ਸ਼ਿਕਾਇਤ ਦਿੱਤੀ ਸੀਗੀ। ਅਤੇ ਉਹਦੇ ਸੰਬੰਧ 'ਚ ਕੋਈ ਸਾਨੂੰ ਕੋਈ ਇਹਨਾਂ ਨੇ ਕੋਈ ਜਾਣਕਾਰੀ ਨਹੀਂ ਹੈਗੀ। ਸਾਨੂੰ ਫੋਨ ਕੀਤਾ ਸੀ ਆਪਣਾ ਰਣਜੀਤ ਸਿੰਘ ਦੇ ਖਿਲਾਫ਼ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਆਪਣੇ ਸਿਰਫ ਬਚਾਅ ਵਾਸਤੇ, ਉਹਨੇ ਬਚਾਅ ਦਰਖਾਸਤ ਦਿੱਤੀ, ਆਪਣੇ ਆਪ ਹੀ ਬੰਦ ਕਰਾ ਦਿੱਤੀ ਬਿਨਾਂ ਕੋਈ ਕਾਰਵਾਈ ਤੋਂ। ਉੱਥੇ ਸੀਟਿੰਗ ਕੀਤੀ ਗਈ ਸੀ ਕਿ ਕੁੜੀ ਕਹਿੰਦੀ ਮੇਰੇ ਨਾਲ ਬਹੁਤ ਧੱਕਾ ਹੋਇਆ, ਮੈਨੂੰ ਬਹੁਤ ਟੋਰਚਰ ਕੀਤਾ ਆ, ਮੇਰੇ ਕੋਲ ਦਾਜ ਮੰਗਿਆ ਗਿਆ, ਮੇਰੇ ਕੋਲ ਸੋਨੇ ਦੇ ਗਹਿਣੇ ਮੰਗੇ ਗਏ ਆ ਮੁੰਡਿਆਂ ਵੱਲੋਂ। ਜੇ ਤੇਰੇ ਕੋਲੋਂ ਤੁਹਾਡੇ ਕੋਲ ਤੁਹਾਨੂੰ ਇੰਨਾ ਟੋਰਚਰ ਕੀਤਾ ਗਿਆ, ਦਾਜ ਦਹੇਜ ਦੀ ਮੰਗ ਕੀਤੀ ਗਈ ਹੈ, ਸੋਨੇ ਦੇ ਗਹਿਣੇ ਮੰਗੇ ਗਏ ਆ, ਤੁਸੀਂ ਸ਼ਿਕਾਇਤ ਦੇ ਕੇ ਉਹਨੂੰ ਬੰਦ ਕਿਉਂ ਕਰਵਾਇਆ ਗਿਆ? ਉਹ ਸਿਰਫ ਰਣਜੀਤ ਸਿੰਘ ਨੂੰ ਡਰਾਇਆ ਜਾ ਰਿਹਾ ਸੀਗਾ, ਧਮਕਾਇਆ ਜਾ ਰਿਹਾ ਸੀਗਾ ਕਿ ਜੇ ਤੁਸੀਂ ਸਾਡੇ ਖਿਲਾਫ਼ ਕਾਰਵਾਈ ਕਰੋਗੇ ਅਸੀਂ ਤੁਹਾਡੇ ਪਰਿਵਾਰ ਦੇ ਖਿਲਾਫ਼ ਅਸੀਂ ਕਾਰਵਾਈ ਕਰਾਵਾਂਗੇ, ਝੂਠੇ ਕੇਸਾਂ 'ਤੇ ਫਸਾਵਾਂਗੇ। ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਇਸ ਤਰ੍ਹਾਂ ਦੇ ਗਰੋਹ ਨੂੰ ਫੜ ਕੇ ਜੇਲ੍ਹਾਂ ਵਿੱਚ ਧੱਕਿਆ ਜਾਵੇ, ਸਖ਼ਤ ਤੋਂ ਸਖ਼ਤ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।